ਹੁਣ ਮੈਂ ਸਰਦਾਰ ਸੁਖਦੇਵ ਸਿੰਘ ਜੀ ਲਿਬੜਾ ਮੈਂਬਰ ਪਾਰਲੀਮੈਂਟ ਉਹਨਾਂ 'ਚ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਸਾਡੇ ਨਾਲ ਪੰਜਾਬ ਦੇ ਹਾਲਾਤਾਂ ਬਾਰੇ ਸਾਂਝ ਕਰਨ, ਪੰਜਾਬ ਦੀਆਂ ਸਮੱਸਿਆਵਾਂ ਬਾਰੇ ਸਾਂਝ ਕਰਨ ਅਤੇ ਉਹਨਾਂ ਦੇ ਸੋਲਿਊਸ਼ਨ ਬਾਰੇ ਵੀ ਸਾਂਝ ਕਰਨ ਕਿ ਅਸੀਂ ਐਜ਼ NRIs ਉਸਦੇ ਵਿੱਚ ਕੀ ਕੁਛ ਕਰ ਸਕਦੇ ਹਾਂ। ਮੇਰੀ ਇਹ ਵੀ ਉਹਨਾਂ ਨੂੰ ਬੇਨਤੀ ਹੈ ਪਬਲਿਕਲੀ ਕਿ ਜੇਕਰ ਕੋਈ NRI ਉਹਨਾਂ ਨੂੰ ਪਹੁੰਚ ਕਰੇ ਤਾਂ ਜਿੱਥੇ ਉਹ ਬੜੇ ਧਿਆਨ ਦੇ ਨਾਲ ਲੋਕਲ ਕੰਸਟੀਚੁਐਂਟਸ ਦੀ, ਇੰਨੇ ਬੜੇ ਕੰਸਟੀਚੁਐਂਟਸ ਦੀ ਮਦਦ ਕਰਦੇ ਹਾਂ। ਸਾਡੀ ਵੀ ਜੇਕਰ ਕੋਈ ਸਮੱਸਿਆ ਆਵੇ, ਕੋਈ ਅਸੀਂ ਈਮੇਲ ਭੇਜੀਏ ਤਾਂ ਸਾਡੇ ਵੀ ਸਮੱਸਿਆ ਦੇ ਉੱਤੇ ਗੌਰ ਫਰਮਾਣ ਅਤੇ ਮਦਦ ਕਰਨ। ਹੁਣ ਮੈਂ ਲਿਬੜਾ ਜੀ ਨੂੰ ਬੇਨਤੀ ਕਰਾਂਗਾ ਕਿ ਆਪਣੇ ਵਿਚਾਰ ਸਾਂਝੇ ਕਰਨ। ਧੰਨਵਾਦ। ਬਹੁਤ ਹੀ ਸਤਿਕਾਰਯੋਗ ਭਰਾਵੋ, ਭੈਣੋ ਅਤੇ ਬੱਚਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਤੁਸੀਂ ਆਪਣੇ ਸਾਰੇ ਰਜੇਵੇਂ ਛੱਡ ਕੇ ਇਸ ਬੈਠਕ ਨੂੰ ਬਹੁਤ ਬੜੀ ਇਕੱਠ ਦੇ ਸ਼ਕਲ 'ਚ ਕਾਮਯਾਬ ਕੀਤਾ, ਇਹਦੇ ਲਈ ਮੇਰਾ ਰੋਮ ਰੋਮ ਤੁਹਾਡਾ ਰਿਣੀ ਹੈ। ਮੈਂ ਕਿਸੇ ਸਰਕਾਰੀ ਟੂਰ 'ਤੇ ਨਹੀਂ ਆਇਆ, ਕਿਸੇ ਪਾਰਟੀ ਦੇ ਟੂਰ 'ਤੇ ਨਹੀਂ ਆਇਆ, ਇਹ ਮੇਰੀ ਆਪਣੀ ਪ੍ਰਾਈਵੇਟ ਵਿਜ਼ਿਟ ਸੀ। ਸਰਦਾਰ ਪ੍ਰੀਤਮ ਸਿੰਘ ਸਾਹਿਬ ਮੇਰੇ 40 ਸਾਲ ਤੋਂ ਪੁਰਾਣੇ ਮਿੱਤਰ ਸਨ। ਅਸੀਂ ਬੜੇ ਉਹ ਹਾਲਾਤ ਦੇਖੇ ਜਿਹੜੇ ਅੱਜ ਦੇ ਹਾਲਾਤਾਂ ਨਾਲ ਬਹੁਤ ਹੋਰ ਕਿਸਮ ਦੇ ਸਨ। ਇਹਨਾਂ ਨੇ ਮੈਨੂੰ ਹੁਕਮ ਕੀਤਾ ਵੀ ਤੈਂ ਵੀ ਇੱਕ ਵਾਰ ਜ਼ਰੂਰ ਆਉਣਾ ਤਾਂ ਕਿ ਮੈਂ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਤੈਨੂੰ ਮਿਲਾ ਸਕਾਂ, ਅਸੀਂ ਆਪਣੀਆਂ ਸਾਰੀਆਂ ਗੱਲਾਂ ਕੋ ਸਾਂਝੀਆਂ ਕਰ ਸਕੀਏ। ਮੈਂ ਐਡਾ ਤਕੜਾ ਆਦਮੀ ਵੀ ਨਹੀਂ ਹਾਂ, ਕਿਉਂਕਿ ਕਈ ਵਾਰ ਆਦਮੀ ਸੋਚਦਾ ਵੀ ਪੈਸੇ ਇਕੱਠੇ ਕਰਨ ਆਏ ਹੋਣੇ ਆ, ਆਉਂਦੇ ਰਹੇ ਲੋਕ, ਲੇਕਿਨ ਮੈਂ ਉਹਨਾਂ ਵਿੱਚੋਂ ਨਹੀਂ ਹਾਂ। ਮੈਂ ਆਪਣੀ ਗਰੀਬੀ ਨਾਲ ਵੀ ਗੁਜ਼ਾਰਾ ਕਰਦਾ, ਮੈਂ ਆਪਣੀ ਗਰੀਬੀ 'ਤੇ ਮਾਣ ਵੀ ਕਰਦਾ ਬਈ। ਮੈਂ ਤੁਹਾਡੇ ਹੌਸਲੇ ਨਾਲ ਕਹਿ ਸਕਦਾ ਵੀ ਮੇਰੀ ਅਗਰ ਜਾਣ ਪਛਾਣ ਹੈ ਤਾਂ ਇਮਾਨਦਾਰੀ ਕਰਕੇ ਹੈ ਔਰ ਸੱਚੀ ਸੁੱਚੀ ਗੱਲ ਕਹਿ ਦੇਣ ਕਰਕੇ ਹੈ। ਮੈਂ ਕੋਈ ਬਹੁਤ ਬੜਾ ਲੀਡਰ ਨਹੀਂ ਹਾਂ, ਕਈ ਲੋਕ ਬਹੁਤ ਬੜੇ ਲੀਡਰ ਹੁੰਦੇ ਨੇ। ਮੈਂ ਹਮੇਸ਼ਾ ਕਹਿਣਾ ਵੀ ਮੈਂ ਵਰਕਰ ਹਾਂ, ਮੈਂ ਤੁਹਾਡਾ ਸਾਥੀ ਹਾਂ, ਮੈਂ ਉਹਨਾਂ ਮੇਰੇ ਵੋਟਰਾਂ ਸਪੋਰਟਰਾਂ ਦਾ ਸਾਥੀ ਹਾਂ। ਮੈਂ ਹਮੇਸ਼ਾ ਉਹਨਾਂ ਦੇ ਵਿੱਚ ਰਹਿਣਾ, ਜਿਵੇਂ ਸਮਰਾ ਜੀ ਨੇ ਦੱਸਿਆ ਵੀ ਮੈਂ ਕਦੇ ਇਲੈਕਸ਼ਨ ਦੀ ਤਿਆਰੀ ਵਾਲੀ ਗੱਲ ਨਹੀਂ ਕਰੀ। ਮੈਂ ਤਾਂ ਜਦ ਵੀ ਜਿੱਤ ਗਿਆ, ਮੈਂ 8-9 ਇਲੈਕਸ਼ਨ ਲੜੇ ਨੇ ਬਈ, ਗੁਰੂ ਦੀ ਕਿਰਪਾ ਨਾਲ, ਤੁਹਾਡੀ ਸੰਗਤ ਦੇ ਆਸ਼ੀਰਵਾਦ ਨਾਲ ਕਦੇ ਮੈਨੂੰ ਹਾਰ ਦਾ ਮੂੰਹ ਨਹੀਂ ਦੇਖਣਾ ਪਿਆ। ਔਰ ਨਾ ਮੈਨੂੰ ਕੋਈ ਇਹ ਹੋਇਆ ਬਈ ਮੈਂ ਕਿਸੇ 2 ਨੰਬਰ ਦੇ ਲੋਕਾਂ ਤੋਂ ਪੈਸੇ ਲੈ ਲਵਾਂ, ਕੱਲ੍ਹ ਨੂੰ ਮੈਨੂੰ ਆ ਕੇ ਉਹ ਮਜਬੂਰ ਕਰਨ ਵੀ ਸਾਡਾ ਤੂੰ ਉਹ ਗਲਤ ਮਲਤ ਕੰਮ ਕਰ।
ਲੇਕਿਨ ਮੇਰੀ ਤਾਂ ਸਪੋਰਟ ਤੁਹਾਡੇ ਵਰਗੇ ਸੱਜਣ ਮਿੱਤਰ ਨੇ, ਉਹੀ ਕਰ ਦਿੰਦੇ ਨੇ ਵੀ ਚੁੱਪ ਕਰਕੇ ਤੂੰ ਆਪਣਾ ਇਲੈਕਸ਼ਨ ਖੜਾ ਹੋ, ਅਸੀਂ ਤੇਰੀ ਮਦਦ ਕਰਾਂਗੇ। ਮੈਂ ਕਿਸੇ ਸਟੇਜ ਤੋਂ ਮੈਂ ਆਪਣੀ ਵਡਿਆਈ ਨਹੀਂ ਕਰਦਾ, ਮੈਂ ਉਹ ਦੱਸਣਾ ਚਾਹੁੰਦਾ ਬਈ ਵਰਕ ਜਿਹੜੇ ਲੀਡਰ ਨੇ, ਜਿਹੜੇ ਲੋਕ ਨੇ, ਉਹਨਾਂ ਨੂੰ ਨਿਸ਼ਕਾਮ ਸੇਵਾ ਕਰਨੀ ਚਾਹੀਦੀ ਹੈ, ਇਹਦੇ ਵਿੱਚ ਇਹ ਫਾਇਦਾ। ਮੈਂ ਕਿਸੇ ਸਟੇਜ 'ਤੇ ਜਾਵਾਂ ਜੇ ਉੱਥੇ ਫੰਡ ਇਕੱਠਾ ਹੁੰਦਾ, ਮੈਂ ਉਸ ਸਟੇਜ 'ਤੇ ਹੀ ਦੇਣਾ, ਉੱਥੇ ਹੀ ਭਾਈ ਆਪਣਾ ਖਰਚ ਕਰਿਓ, ਆਪਣਾ ਇਹ 'ਚ ਲਾਓ, ਮੈਂ ਕਦੇ ਨਹੀਂ ਘਰ ਨੂੰ ਲੈ ਕੇ ਜਾਂਦਾ। ਮੈਂ ਅੱਜ ਤਾਂ ਵਿਸ਼ੇਸ਼ ਤੌਰ 'ਤੇ ਜਿਹੜਾ ਤੁਹਾਡਾ ਦਰਸ਼ਨ ਕੀਤੇ ਨੇ, ਇਹਦੇ ਲਈ ਮੈਂ ਗੱਲਾਂ ਕਰਨੀਆਂ ਚਾਹੁੰਦਾ ਵੀ ਪੰਜਾਬ ਦਾ ਮਸਲਾ ਬਹੁਤ ਖਰਾਬ ਹੋਇਆ ਹੋਇਆ, ਪੰਜਾਬ ਦੀ ਹਾਲਤ ਬੜੀ ਮਾੜੀ ਹੈ, ਹੋਈ ਗਲਤ ਨੀਤੀਆਂ ਕਰਕੇ, ਸੈਂਟਰ ਸਰਕਾਰ ਦੀ ਕੁਟਲ ਨੀਤੀ ਕਰਕੇ। ਕੁਛ ਉੱਥੇ ਲੌਬੀ ਐਸੀ ਹੈ ਜਿਹੜੀ ਪੰਜਾਬ ਨੂੰ ਬਹੁਤ ਬਿਹਤਰ ਦੇਖਣਾ ਨਹੀਂ ਚਾਹੁੰਦੀ, ਲੇਕਿਨ ਕਿਉਂਕਿ ਤੁਸੀਂ ਜਦ ਇੰਨੇ ਸੱਜਣ ਸਾਡੇ ਬੈਠੇ ਹੋ ਹਮਾਇਤੀ, ਅਸੀਂ ਇਸ ਹੌਸਲੇ 'ਚ ਵੀ ਰਹਿੰਦੇ ਹਾਂ ਬਈ ਜੇ ਕਿਤੇ ਕੋਈ ਐਸੀ ਬਿਪਤਾ ਆਈ, ਐਸੀ ਆਫਤ ਆਈ, ਤਾਂ ਸਾਡੇ ਜਿਹੜਾ ਭਾਈਚਾਰਾ ਬਾਹਰ ਬੈਠਾ ਜਿਹਨਾਂ ਨੂੰ ਐਨ ਆਈ ਆਰ ਕਹਿੰਦੇ ਨੇ, ਉਹ ਸਾਡੀ ਮਦਦ ਕਰਨਗੇ। ਮਦਦ ਇਹ ਨਹੀਂ ਕਹਿੰਦਾ ਵੀ ਮਦਦ ਉਹ ਸਾਡੀ ਪੈਸੇ ਨਾ ਕਰਨਗੇ, ਸਾਡੀ ਮੋਰਲ ਨਾ ਕਰਨਗੇ, ਸਾਡੀ ਸਪੋਰਟ ਕਰਨਗੇ। ਸਾਨੂੰ ਇਸ ਗੱਲ ਦਾ ਹੌਸਲਾ, ਸਾਡੇ ਲੋਕਾਂ ਨੂੰ ਇਸ ਗੱਲ ਦਾ ਵੀ ਹੌਸਲਾ ਬਈ ਤੁਸੀਂ ਜਿਹੜੇ ਬੈਠੇ ਹੋ ਬਹੁਤ, ਤੁਸੀਂ ਆਪਣੇ ਤੁਹਾਡੇ ਹਾਲਾਤ ਬੜੇ ਵਧੀਆ ਨੇ, ਬਾਇਕ ਤੌਰ 'ਤੇ ਤੁਸੀਂ ਠੀਕ ਹੋ, ਸੋਚ ਦੇ ਤੌਰ 'ਤੇ ਠੀਕ ਹੋ। ਮੈਂ ਜਿੰਨਿਆਂ ਕੁ ਇੱਥੇ ਮਿਲੇ ਹਾਂ, ਜਿੰਨੇ ਕੁ ਸੱਜਣਾਂ ਨੂੰ ਮਿਲਿਆ, ਮੈਂ ਸਮਝਦਾ ਬੜੀ ਸੱਚਾਈ ਵਾਲੀ ਗੱਲ ਕਰਦੇ ਨੇ, ਬੜੇ ਡਿਸਿਪਲਿਨ ਲੋਕ ਨੇ। ਉੱਥੇ ਹੁਣ ਐਸੇ ਹਾਲਾਤ ਹੋਏ ਹੋਏ ਨੇ ਵੀ ਇੱਕ ਤਾਂ ਰਿਸ਼ਵਤ ਦਾ ਬੋਲਬਾਲਾ ਹੋ ਗਿਆ। ਮੈਂ ਕੋਈ ਇੱਥੇ ਆ ਕੇ ਨਹੀਂ ਤੁਹਾਡੇ ਨਾਲ ਸਾਂਝ ਕੀਤੀ, ਮੈਂ ਉੱਥੇ ਵੀ ਮਹਿਸੂਸ ਕਰਦਾ ਬਈ ਜਦ ਵੀ ਕੋਈ ਸੱਜਣ ਬਾਹਰੋਂ ਜਾਂਦਾ ਤਾਂ ਜਿਹੜੀ ਉੱਥੇ ਦੀ ਆਫੀਸ਼ਲ ਹੈ, ਆਫੀਸਰ ਗੈਲਰੀ ਆ, ਉਹ ਸਮਝਦੇ ਨੇ ਵੀ ਇਹਨਾਂ ਲੋਕਾਂ ਕੋਲ ਨੋਟ ਏ ਨੋਟ ਨੇ, ਇਹਨੂੰ ਲੁੱਟ ਲਓ ਜਿੰਨਾ ਲੁੱਟਿਆ ਜਾ ਸਕਦਾ। ਲੇਕਿਨ ਮੈਂ ਇਸ ਗੱਲ 'ਚ ਕਈ ਵਾਰ ਮਦਦ ਵੀ ਕਰਦਾ, ਮੈਂ ਜਿੱਥੇ ਸਹਾਈ ਹੋ ਸਕਦਾ ਉੱਥੇ ਜਾ ਕੇ ਮਦਦ ਕਰਨ ਦੀ ਕੋਸ਼ਿਸ਼ ਕਰਦਾ, ਕਿਉਂਕਿ ਮੇਰਾ ਫਰਜ਼ ਬਣਦਾ ਬਈ ਸੰਸਾਰ ਬਹੁਤ ਲੰਬਾ ਚੌੜਾ ਸੀ, ਲੇਕਿਨ ITI ਨੇ, ਕਿਹੜੀ ਇਹ ਟੈਕਨੀਕਲ ਵਿੱਦਿਆ ਨੇ, ਬਹੁਤ ਛੋਟਾ ਕਰਤਾ, ਬੜੀਆਂ ਸਾਂਝਾਂ ਨੇੜੇ ਦੀਆਂ ਹੋ ਗਈਆਂ। ਹੁਣ ਤੁਸੀਂ ਸ਼ਾਮ ਨੂੰ ਆਪਣੇ ਸਾਰੇ ਸੰਸਾਰ ਦੀ ਖਬਰ ਸੁਣ ਸਕਦੇ ਹੋ, ਕਿਸੇ ਵੇਲੇ ਇੰਟਰਨੈਟ ਖੋਲ੍ਹ ਲਓ ਪਤਾ ਲੱਗ ਜਾਂਦਾ। ਕਹਿਣ ਦਾ ਮੇਰਾ ਭਾਵ ਹੈ ਵੀ ਆਪਾਂ ਨੂੰ ਪਿਆਰ ਸਤਿਕਾਰ ਵਧਾਉਣਾ ਚਾਹੀਦਾ ਪੰਜਾਬ 'ਚ। ਇੱਕ ਤਾਂ ਸਾਰਿਆਂ ਨਾਲ ਬੜੀ ਜਿਹੜੀ ਗੱਲ ਹੋ ਗਈ ਉਹ ਮੈਂ ਮਹਿਸੂਸ ਕੀਤੀ ਹੈ ਬਈ ਜਿਹੜੀ ਐਲੀਮੈਂਟਰੀ ਐਜੂਕੇਸ਼ਨ ਸੀ ਉਹ ਬਿਲਕੁਲ ਸਮਾਪਤ ਹੋ ਗਈ। ਐਜੂਕੇਸ਼ਨ ਐਲੀਮੈਂਟਰੀ ਦਾ ਐਲੀਮੈਂਟਰੀ ਐਜੂਕੇਸ਼ਨ ਦਾ ਇੰਨਾ ਬੁਰਾ ਹਾਲ ਹੈ ਮੈਂ ਦੱਸ ਨਹੀਂ ਸਕਦਾ, ਲੇਕਿਨ ਮੇਰੇ ਉਹ ਨਕਸ਼ਾ ਸਾਰੇ ਮੂਹਰੇ ਦੇਖਦਾ ਵੀ ਮੈਂ ਤੁਹਾਨੂੰ ਕਿਵੇਂ ਦਿਖਾਵਾਂ। ਸਕੂਲਾਂ 'ਚ ਬੱਚਿਆਂ ਦੀ ਗਿਣਤੀ ਘੱਟ ਗਈ, ਗਰੀਬ ਬੱਚਾ ਪੜ੍ਹ ਹੀ ਨਹੀਂ ਸਕਦਾ, ਕਿਸਾਨ ਦਾ ਬੱਚਾ ਬਿਲਕੁਲ ਨਹੀਂ ਪੜ੍ਹ ਸਕਦਾ। ਕਿਸਾਨ ਇੰਨਾ ਮਾਰਿਆ ਗਿਆ ਗਲਤ ਨੀਤੀਆਂ ਕਰਕੇ। ਕਿਸੇ ਵੇਲੇ ਮੌਕਾ ਸੀ ਬਈ ਸਾਡੇ ਜਿਹੜੇ ਬੜੇ ਲੀਡਰ ਥੇ, ਬੜੇ ਪ੍ਰਾਈਮ ਮਿਨਿਸਟਰ ਤੇ ਫਲਾਣੇ ਤੇ, ਠੂਠਾ ਚੱਕੀ ਫਿਰਦੇ ਤੇ ਵੀ ਅਨਾਜ ਦਿਓ ਸਾਨੂੰ, ਸਾਨੂੰ ਬਾਹਰਲੇ ਦੇਸ਼ਾਂ ਤੋਂ ਬੜੀਆਂ ਸਖਤ ਸ਼ਰਤਾਂ ਨਾਲ ਅਨਾਜ ਲੈਣਾ ਪੈਂਦਾ ਸੀ। ਲੇਕਿਨ ਸਰਕਾਰ ਨੇ ਕਿਹਾ ਬਈ ਪੰਜਾਬੀ ਲੋਕੋ ਤੁਸੀਂ ਸੂਰਬੀਰ ਹੋ, ਤੁਸੀਂ ਤਕੜੇ ਹੋਵੋ, ਇਹਦੀ ਜਿਹੜੀ ਤੁਹਾਡੀ ਜਿਹੜੀ ਕ੍ਰੌਪ ਹੈ ਇਹਦੀ ਇਹਨੂੰ ਜ਼ਿਆਦਾ ਕੁਆਂਟਿਟੀ 'ਚ ਪੈਦਾ ਕਰੋ। ਤੁਸੀਂ ਸਮਝਦੇ ਹੋ ਤੁਸੀਂ ਵਿੱਚੋਂ ਆਏ ਹੋ, ਬੜਾ ਦਲੇਰ ਹੈ ਪੰਜਾਬ। ਉਹਨਾਂ ਨੇ ਕੋਸ਼ਿਸ਼ ਕੀਤੀ, ਲੋਨ ਲਏ, ਆਪਣਾ ਸੰਦ ਖਰੀਦੇ,
ਲੇਕਿਨ ਉਹਨਾਂ ਦੀ ਕੋਈ ਕੀਮਤ ਨਾ ਪਾ ਸਕੀ। ਉਹਨਾਂ ਨੇ ਅੱਜ ਸਾਰੇ ਸੰਸਾਰ 'ਚੋਂ ਉਹਨਾਂ ਨੂੰ ਦਾਣਾ ਨਾ ਲੈਣ ਖਾਤਰ ਮਜਬੂਰ ਕਰਤਾ ਦਿੱਲੀ ਸਰਕਾਰ ਨੂੰ ਵੀ, ਤੁਸੀਂ ਕੋਈ ਦਾਣਾ ਕਿਸੇ ਦਿਨ ਲੈਣਾ, ਸਾਡੇ ਕੋਲ ਬਹੁਤ ਪਏ। ਕਹਿਣ ਦਾ ਭਾਵ ਉਹਦੀ ਕੀਮਤ ਉਹਨੂੰ ਇਹ ਉਤਾਰਨੀ ਪਈ ਵੀ ਜ਼ਿਮੀਂਦਾਰ ਕਸਬੇ ਦੇ ਥੱਲੇ ਇੰਨਾ ਦਬ ਗਿਆ, ਇੰਨਾ ਥੱਲੇ ਚਲਾ ਗਿਆ। ਤੁਸੀਂ ਆਮ ਪੜ੍ਹਦੇ ਹੋਵੋਗੇ ਕਈ ਜ਼ਿਮੀਂਦਾਰ ਕਿਸਾਨ ਜਿਹੜੇ ਅਣਖ ਦੇ ਮਾਲਕ ਨੇ ਉਹ ਖੁਦਕੁਸ਼ੀਆਂ ਕਰ ਗਏ। ਕਸੂਰ ਕੀ ਦਾ? ਗਲਤ ਪਾਲਿਸੀ ਸਰਕਾਰ ਦੀ। ਲੇਕਿਨ ਮੈਂ ਸਮਝਦਾ ਵੀ ਉਹਨਾਂ ਨੂੰ ਹੋਰ ਫਿਰ ਵੀ ਹੌਸਲਾ, ਇੰਨਾ ਹੌਸਲਾ। ਉਹ ਕਹਿੰਦੇ ਨੇ ਵੀ ਕਿਸੇ ਵੇਲੇ ਵੀ ਸਾਨੂੰ ਲੋੜ ਪਈ ਅਸੀਂ ਆਪਣੇ ਭਰਾਵਾਂ 'ਤੇ ਮਦਦ ਮੰਗਾਂ। ਉਹ ਮਦਦ ਕੀ ਮੰਗਦੇ ਨੇ? ਤੁਹਾਨੂੰ ਮਦਦ ਉਹ ਮੰਗਦੇ ਨੇ ਬਈ ਤੁਸੀਂ ਜਿਵੇਂ ਕਈ NRIs ਨੇ ਉੱਥੇ ਸ਼ੁਰੂ ਕੀਤਾ ਹੋਇਆ, ਆਪਣੇ ਆਪਣੇ ਪਿੰਡ ਨੂੰ ਅਪਣਾ ਲਿਆ, ਉਹਨਾਂ ਨੇ ਆਪਣੇ ਹਲਕੇ ਨੂੰ ਅਪਣਾ ਲਿਆ, ਆਪਣੇ ਸ਼ਹਿਰ ਨੂੰ ਅਪਣਾ ਲਿਆ। ਉਹਨਾਂ ਨੇ ਅਪਣਾ ਕੇ ਕਿਹਾ ਵੀ ਅਸੀਂ ਪਾਈ ਡਿਵੈਲਪਮੈਂਟ ਕਰਾਂਗੇ ਇਹਦੀ, ਉਹਦੇ ਨਾਲ ਮਦਦ ਮਿਲ ਗਈ। ਸਰਕਾਰ ਕੋਲ ਮਾਇਕ ਜਿਹੜੀ ਕਮਜ਼ੋਰੀ ਹੈ ਉਹ ਕਈ ਸਾਲਾਂ ਤੋਂ, ਮਤਲਬ 5-10-20 ਸਾਲਾਂ ਤੋਂ ਚਲੀ ਆਉਂਦੀ ਹੈ, ਉਹ ਡਾਊਨ ਹੁੰਦੀ ਜਾ ਰਹੀ ਹੈ, ਉਹ ਓਪਨ ਨਹੀਂ ਹੁੰਦੀ ਜਾ ਰਹੀ। ਉਹਦੇ 'ਚ ਕਾਰਨ ਨੇ, ਇੱਕ ਟੈਕਸ ਪੇਅਰ ਨੇ ਜਿਹੜੇ ਟੈਕਸ ਨਹੀਂ ਪੂਰਾ ਦਿੰਦੇ, ਸਰਕਾਰ ਦੇ ਵਿੱਚ ਜਿਹੜੇ ਵਸੂਲੀ ਵਾਲੀਆਂ ਏਜੰਸੀਆਂ ਨੇ ਉਹ ਆਪਣੇ ਪੈਸੇ ਬਣਾ ਕੇ ਪਰੇ ਜਾਂਦੀਆਂ ਨੇ, ਉਹ ਕਹਿੰਦੀਆਂ ਨੇ ਪੈਸੇ ਵਸੂਲ ਨਾ ਕਰੋ। ਉਹਦੇ ਵਿੱਚ 3 ਨੁਕਸਾਨ ਹੁੰਦੇ ਨੇ ਸਰਕਾਰ ਦੇ। ਅਸੀਂ ਆਪਣੀ ਸਰਕਾਰ ਨੂੰ ਵੀ ਕਹਿੰਦੇ ਹਾਂ ਬਈ ਜਿਹੜੀ ਰਿਕਵਰੀ ਨਹੀਂ ਹੋ ਰਹੀ ਇਹਦੇ 3 ਨੁਕਸਾਨ ਨੇ। ਇੱਕ ਨੁਕਸਾਨ ਤਾਂ ਹੈ ਉਸ ਦਾ ਜਿਹਨੇ ਪੈਸੇ ਦੇਣੇ ਨੇ, ਉਹ ਪੈਸੇ ਦੇ ਕੇ ਸਰਕਾਰੀ ਕਰਮਚਾਰੀ ਨੂੰ ਰਿਸ਼ਵਤ ਦੇ ਕੇ ਉਹਨੂੰ ਟਾਲਦਾ, ਉਹਦਾ ਨੁਕਸਾਨ ਹੈ। ਇੱਕ ਹੈਗਾ ਵੀ ਜਿਹੜੀ ਆਪਣੀ ਰਿਕਵਰੀ ਨਹੀਂ ਹੁੰਦੀ ਇਹ ਡਿਵੈਲਪਮੈਂਟ ਵਿੱਚ ਕਮੀ ਆਉਂਦੀ ਹੈ। ਇੱਕ ਇਹ ਹੁੰਦਾ ਵੀ ਜਿਹੜਾ ਆਪਾਂ ਕਿਸੇ ਨੂੰ ਕੋਈ ਰਿਆਇਤ ਦੇਣੀ ਆ ਉਹ ਦੇ ਨਹੀਂ ਸਕਦੇ। ਸਾਡੇ ਨਾਲ ਬਹੁਤ ਬੜੀਆਂ ਲੰਬੀਆਂ ਗੱਲਾਂ ਨੇ, ਉਹ ਮੈਂ ਫਿਰ ਕਿਸੇ ਵੇਲੇ ਕਰੂੰਗਾ। ਕਹਿਣ ਦਾ ਭਾਵ ਮੇਰਾ ਇਹ ਹੈ ਵੀ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਕਿਰਪਾ ਕਰੋ ਆਪਣੇ ਆਪਣੇ ਪਿੰਡਾਂ ਦੇ ਸਕੂਲਾਂ ਨੂੰ, ਐਲੀਮੈਂਟਰੀ ਸਕੂਲਾਂ ਨੂੰ ਪੜ੍ਹਾਓ। ਮੈਂ ਨਹੀਂ ਕਹਿੰਦਾ ਕਿਸੇ ਨੂੰ ਪੈਸੇ ਭੇਜੋ, ਬਿਲਕੁਲ ਨਾ ਭੇਜੋ। ਪੈਸੇ ਭੇਜਣ ਦਾ ਕੋਈ ਮਤਲਬ ਨਹੀਂ, ਪੈਸੇ ਕਈ ਵਾਰ ਫਰਾਡ ਹੋ ਗਏ, ਕਈ ਵਾਰ ਪੈਸੇ ਖਾਧੇ ਗਏ, ਮਨ ਨਹੀਂ ਕਰਦਾ, ਜੀ ਨਹੀਂ ਕਰਦਾ ਦੇਣ ਨੂੰ। ਲੇਕਿਨ ਤੁਸੀਂ ਆਪਣੀ ਉੱਥੇ ਕਮੇਟੀ ਬਣਾਓ, ਆਪਣੇ ਟਰੱਸਟਵਰਦੀ ਬੰਦਿਆਂ ਨੂੰ ਡਿਊਟੀ ਲਾਓ, ਉੱਥੇ ਉਹਨਾਂ ਦੇ ਰਾਹੀਂ ਆਪਣੇ ਸਕੂਲਾਂ ਨੂੰ ਅਪਗ੍ਰੇਡ ਕਰੋ ਤਾਂ ਕਿ ਬੱਚਿਆਂ ਦੀ ਜਿਹੜੀ ਬਰਬਾਦੀ ਹੋ ਰਹੀ ਹੈ ਉਹ ਬਚ ਸਕੇ। ਨਸ਼ੇ ਦੀ ਗੱਲ ਮੈਂ ਕਹਿੰਦਾ ਬਈ ਨਸ਼ਾ ਇੰਨਾ ਹੋ ਗਿਆ, ਨਸ਼ਾ ਹੁਣ ਪਹਿਲਾਂ ਤਾਂ ਦਾਰੂ ਪੀਤੀ ਦਾ ਪਤਾ ਲੱਗ ਜਾਂਦਾ ਤਾਂ ਵੀ ਉਹ ਦਾਰੂ ਪੀਤੀ ਹੋਈ ਨੇ, ਬਈ ਦਾਰੂ ਪੀ ਆਉਂਦਾ। ਹੁਣ ਜਿਹੜਾ ਨਸ਼ਾ ਉਹ ਜਿਹਨੇ ਪੀਤਾ ਉਸ ਨੂੰ ਪਤਾ, ਦੂਏ ਨੂੰ ਪਤਾ ਹੀ ਨਹੀਂ। ਨਾ ਮਾਂ ਨੂੰ ਪਤਾ ਲੱਗਦਾ, ਨਾ ਬਾਪ ਨੂੰ ਪਤਾ ਲੱਗਦਾ। ਜਿਹਨੇ ਆਪ ਪੀਤਾ ਹੋਇਆ ਨਸ਼ਾ ਉਸ ਨੂੰ ਪਤਾ ਬਸ ਠੀਕ ਹੈ, ਆਪਣੀਆਂ ਮੌਜਾਂ ਲੈਂਦਾ। ਉਹ ਵੀ ਬਹੁਤ ਖਤਰਨਾਕ ਗੱਲ ਹੈ। ਸਮੈਕ ਇੰਨਾ ਨਸ਼ਾ ਮਾੜਾ ਆ ਗਿਆ ਜਿਵੇਂ ਮੈਂ ਸੁਣਦਾ, ਮੈਂ ਤਾਂ ਜ਼ਿੰਦਗੀ 'ਚ ਦੇਖਿਆ ਨਹੀਂ ਤਾਂ ਕਦੇ, ਮੈਂ ਅਜੇ ਵੀ ਨਹੀਂ ਦੇਖਿਆ ਉਹ ਵੀ ਸਮੈਕ ਕੀ ਹੈ। ਮੈਂ ਜਦੋਂ ਜਿਹੜੇ ਮੁੰਡੇ ਵਰਤਦੇ ਵਰਤਦੇ ਨੂੰ ਨਾ ਕਿਸੇ ਵੇਲੇ ਬੈਠ ਕੇ ਕਰਦਾ, ਯਾਰੋ ਮੈਨੂੰ ਦੱਸੋ ਤਾਂ ਸਹੀ ਇਹ ਕੀ ਹੈ। ਕਹਿੰਦੇ ਜੀ ਇਹ ਇੱਕ ਇਹਦੇ ਵਿੱਚ ਥੱਲੇ ਤੋਂ ਸੀਕ ਨਾ ਸੇਕ ਦਿੰਦੇ ਹਾਂ, ਉਹਦੇ ਉੱਪਰ ਧੂੰਆਂ ਨਿਕਲਦਾ, ਧੂੰਆਂ ਨਿਕਲਣਾ। ਕਹਿੰਦੇ ਉਹਦੇ ਵਿੱਚ ਲਾਟਾਂ ਨੇ ਜਿਹਨੂੰ ਲਾਟ ਕਹਿੰਦੇ, ਵੀ ਇੱਕ ਤਾਂ ਲਾਲ ਰੰਗ ਦੀ ਹੈ, ਇੱਕ ਪੀਲੇ ਰੰਗ ਦੀ ਹੈ, ਇੱਕ ਕਾਲੇ ਰੰਗ ਦੀ ਹੈ, ਇੱਕ ਗੁਲਾਬੀ ਰੰਗ ਦੀ ਹੈ। ਵੀ ਉਹਨਾਂ ਦੇ ਅੱਡ ਅੱਡ ਰੇਟ ਨੇ, ਵੀ ਜਿਹਨੇ ਲਾਲ ਰੰਗ ਦੀ ਸੁੰਘਣੀ ਆ ਉਹ 'ਚ ਨਸ਼ਾ ਵੱਧ ਹੈ ਵੀ ਉਹਦਾ 200 ਰੁਪਈਆ, ਜਿਹਨੇ ਉਦੋਂ ਛੋਟੀ ਕਿੰਨੀ ਆਉਂਦਾ 100 ਰੁਪਈਆ, ਕਿਸੇ ਦਾ 50 ਰੁਪਈਆ, ਇਸ ਤਰ੍ਹਾਂ ਦੇ ਰੇਟ ਨੇ। ਉਹ ਜਿਹੜਾ ਪੀ ਲੈਂਦਾ ਜਿਵੇਂ ਉਹਨਾਂ ਨੇ ਦੱਸਿਆ, ਡਾਕਟਰ ਵੀ ਕਹਿੰਦੇ ਜਿਹੜੇ ਇੱਕ ਵਾਰ ਉਹਨੇ ਸੁੰਘ ਲਿਆ, ਪੀ ਸੁੰਘ ਲਈ, ਉਹਨੂੰ ਛੱਡ ਨਹੀਂ ਸਕਦਾ।
ਐਡੀ ਬੜੀ ਤ੍ਰਾਸਦੀ ਹੈ। ਮੈਂ ਇੱਥੇ ਸੁਣਾਇਆ, ਮੇਰਾ ਖਿਆਲ ਹੈ ਬਈ ਇੱਥੋਂ ਹੀ ਕੋਈ ਗਿਆ ਬਾਹਰੋਂ, ਪਤਾ ਨਹੀਂ ਇੰਗਲੈਂਡ ਤੋਂ ਗਿਆ ਉਹ ਸੱਜਣ ਮੁੰਡਾ ਆਪਣੇ ਦੋਸਤਾਂ ਮਿੱਤਰਾਂ ਨਾਲ ਸਮਰਾਲੇ ਚੌਕ 'ਚ ਉਹ ਮਿਲ ਗਿਆ। ਉਹ ਕਹਿੰਦਾ ਯਾਰ ਆਹ ਸਵਾਦ ਵੀ ਦੇਖ ਲਿਆ ਤੇਰੇ ਅਤੇ ਸਾਡੇ ਦੇਸ਼ ਦਾ। ਉਹ ਮੁੰਡਾ ਉੱਥੇ ਸੁੰਘ ਕੇ ਚਲਿਆ ਗਿਆ ਸਮਰਾਲੇ ਚੌਕ 'ਚ ਲੁਧਿਆਣੇ ਜਾ ਕੇ, ਕਾਰ ਦੇ ਵਿੱਚੇ ਮਰ ਗਿਆ, ਦਵਾਈ ਨਹੀਂ ਲੈ ਸਕਿਆ। ਇਹੀਆਂ ਜੇ ਖਤਰਨਾਕ ਜਿਹੜੇ ਨਸ਼ੇ ਚੱਲਦੇ ਨੇ, ਇਹਨਾਂ 'ਚ ਤੁਸੀਂ ਸਾਡੀ ਮਦਦ ਕਰ ਸਕਦੇ। ਮਦਦ ਕਿਸ ਤਰ੍ਹਾਂ ਕਰ ਸਕਦੇ ਹੋ? ਬਈ ਜੇ ਐਜੂਕੇਸ਼ਨ ਹੋਵੇ ਬੱਚਾ ਇਧਰਲੇ ਪਾਸੇ ਨੂੰ ਤੁਰੂਗਾ ਨਹੀਂ। ਐਜੂਕੇਸ਼ਨ ਹੋਵੇ ਬੱਚਾ ਸੋਚੂਗਾ ਵੀ ਮੇਰੀ ਡਿਵੈਲਪਮੈਂਟ ਕਿਵੇਂ ਹੋਣੀ ਚਾਹੀਦੀ ਹੈ। ਜਿਹੜਾ ਜ਼ਿਮੀਦਾਰ ਦੀ ਗੱਲ ਹੋ ਗਈ, ਉਹ ਬਹੁਤ ਬੜੀ ਨੁਕਸਾਨ ਵਾਲੀ ਹੋ ਗਈ। ਜ਼ਿਮੀਦਾਰ ਵੀ ਅੱਜ ਉਹ ਭਾਈ ਨੇ ਤੁਹਾਡੇ, ਜਿਹੜੀ ਮਿੱਟੀ 'ਚ ਆਪਾਂ ਪੈਦਾ ਹੋਏ ਹਾਂ, ਜਿਹੜੀ ਮਿੱਟੀ ਨੂੰ ਆਪਾਂ ਨੂੰ ਅਜੇ ਵੀ ਪਿਆਰ ਹੈ। ਆਪਣੀ ਸੈਕਿੰਡ ਜਿਹੜੀ ਜਨਰੇਸ਼ਨ ਆ ਉਹ ਸ਼ਾਇਦ ਭੁੱਲ ਭੱਲ ਜਾਵੇ, ਤੁਹਾਡੇ ਤਾਂ ਬਿਲਕੁਲ ਹੀ ਭੁੱਲ ਜੂ, ਲੇਕਿਨ ਜਿਹੜੇ ਅੱਜ ਆਪਾਂ ਬੈਠੇ ਹਾਂ, ਆਪਾਂ ਨੂੰ ਉਹ ਮਿੱਟੀ, ਉਹ ਪਿਆਰ, ਉਹ ਧਰਤੀ ਜਿੱਥੇ ਗੁਰੂਆਂ ਨੇ ਪੀਰਾਂ ਨੇ ਜਨਮ ਲਿਆ ਔਰ ਸਾਨੂੰ ਸਿਖਾਇਆ ਬਈ ਆਪਾਂ ਨੇ ਇਮਾਨਦਾਰ ਰਹਿਣਾ, ਗਰੀਬ ਦੀ ਮਦਦ ਕਰਨੀ ਆ, ਗਊ ਗਰੀਬ ਦੀ ਮਦਦ ਕਰਨੀ ਆ, ਗਰੀਬ ਦੇ ਨਾਲ ਖੜਨਾ, ਕਿਸੇ 'ਤੇ ਜ਼ੁਲਮ ਹੁੰਦਾ ਉਹਦੀ ਮਦਦ ਕਰਨੀ ਆ, ਉਹਦੀ ਵੀ ਆਪਾਂ ਡਿਊਟੀ ਪਾਉਂਦਾ, ਆਪਾਂ ਨੂੰ ਉਹਦੇ 'ਚ ਕਰਨਾ ਚਾਹੀਦਾ। ਆ ਗਈ NIR ਦੀ ਤਕਲੀਫਾਂ ਦੀ ਗੱਲ, ਮੈਂ ਆਪ ਕਈ ਵਾਰ ਦੇਖਦਾ, ਲੇਕਿਨ ਮੈਂ ਤੁਹਾਨੂੰ ਇਹ ਵਿਸ਼ਵਾਸ ਨਾਲ ਕਹਿਣਾ ਚਾਹੁੰਦਾ ਬਈ ਮੈਂ ਆਪਣੀ ਟੀਮ ਨਾਲ ਮਿਲ ਕੇ, ਆਪਣੇ ਸਾਰੇ ਸੱਜਣਾਂ ਨਾਲ ਮਿਲ ਕੇ ਇਹਦਾ ਪ੍ਰਬੰਧ ਵੀ ਕਰਾਂਗੇ। ਲੇਕਿਨ ਇਹ ਤੋਂ ਜਿਹੜੇ ਪਹਿਲਾਂ ਪ੍ਰਬੰਧ ਹੋ ਰਹੇ ਨੇ ਆਪਣੀ ਸਰਕਾਰ ਕਰ ਰਹੀ ਹੈ, ਉਹ ਤੁਹਾਨੂੰ ਦੱਸਣਾ ਚਾਹੁੰਦਾ। ਕਈ ਵਾਰ ਇੱਥੇ ਨੋਟਿਸ ਨਹੀਂ ਆਉਂਦਾ ਉਹਦੇ ਬਾਰੇ। ਇੱਕ ਤਾਂ ਉਹਨਾਂ ਨੇ ਸਾਰਿਆਂ ਨੂੰ ਪਹਿਲਾਂ ਤਾਂ ਇਹ ਗੱਲ ਕਰ ਲਈ ਬਈ ਜਿਹੜੇ NIRs ਦੇ ਕੇਸਿਸ ਹੋਣਗੇ ਉਹਨਾਂ ਵਾਸਤੇ ਸਪੈਸ਼ਲ ਕੋਰਟਾਂ ਬਣਾਈਆਂ ਜਾਣਗੀਆਂ, ਜਿਨ੍ਹਾਂ 'ਚ ਬੜੀ ਛੇਤੀ ਫੈਸਲੇ ਹੋਣਗੇ, ਬੜੀ ਜਲਦੀ ਨਿਪਟਾਰੇ ਹੋਣਗੇ। ਉਹਦੇ ਵਿੱਚ ਕੋਈ ਮਤਲਬ ਬਹੁਤੀ ਸਿਫਾਰਿਸ਼ ਦੀ ਲੋੜ ਨਹੀਂ ਪੈਣੀ, ਉਹ ਸਾਰੇ ਫੈਸਲੇ ਬੜੀ ਛੇਤੀ ਹੋਇਆ ਕਰਨਗੇ। ਉਹਨਾਂ ਨੇ ਬਹੁਤ ਛੇਤੀ, ਮੇਰਾ ਖਿਆਲ ਆ ਆਹ ਸੈਸ਼ਨ ਖਤਮ ਹੋ ਗਿਆ, ਹੁਣ ਇਦੂ ਬਾਅਦ ਇਧਰਲੇ ਪਾਸੇ ਲੱਗੇ ਹੋਏ ਨੇ ਐਲਾਨ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਹੁਤ ਥਾਈਂ ਸਰਕਾਰ ਵੱਲੋਂ ਕੀਤਾ ਬਈ ਮੈਂ ਇੱਕ ਕਮਿਸ਼ਨ ਬਣਾਉਣਾ ਚਾਹੁੰਦਾ, NIRs ਕਮਿਸ਼ਨ, ਜਿਹਦਾ ਚੇਅਰਮੈਨ ਵੀ ਤੁਹਾਡਾ NIR ਹੀ ਹੋਊਗਾ, ਦੂਆ ਹੋ ਨਹੀਂ ਸਕਦਾ। ਉਹਦੇ ਜਿਹੜੇ ਮੈਂਬਰ ਹੋਣਗੇ ਉਸ ਕਮਿਸ਼ਨ ਦੇ, ਉਹ ਵੀ ਸਾਰੇ NIR ਦੇ ਬੰਦੇ ਹੋਣਗੇ। ਜਿਹੜਾ ਤੁਹਾਡਾ NRI ਦਾ ਕੇਸ ਜਾਊਗਾ ਉਹ ਤੁਸੀਂ ਕਿਸੇ ਕਚਹਿਰੀ 'ਚ ਨਹੀਂ ਜਾਣਾ, ਤੁਸੀਂ ਕਿਸੇ ਅਫਸਰ ਨੂੰ ਨਹੀਂ ਮਿਲਣਾ। ਜੇ ਕਿਸੇ ਤੁਸੀਂ ਕਹਿੰਦੇ ਹੋ ਵੀ ਅਫਸਰ ਜਾਂਦੇ ਹੋ, ਉਹ ਦੇਖਦੇ ਨੇ ਵੀ ਇਹਨੂੰ ਬੈਠਣ ਨੂੰ ਵੀ ਨਾ ਕਹੋ, ਇਹਨੂੰ ਡਿਮੋਰਲਾਈਜ਼ ਕਰੋ, ਜਿੰਨੇ ਪੈਸੇ ਦੇ ਸਕਦਾ ਉਹਨੇ ਲਓ। ਉੱਥੇ ਵੀ ਨਹੀਂ ਤੁਸੀਂ ਜਾਣਾ, ਤੁਸੀਂ ਆਪਣੇ ਕਮਿਸ਼ਨ 'ਚ ਕੇਸ ਦੇਣਾ, ਉਹ ਕਮਿਸ਼ਨ ਤੁਹਾਡੀ ਸਾਰੀ ਪੈਰਵੀ ਕਰੂਗਾ, ਉਹ ਕਮਿਸ਼ਨ ਤੁਹਾਡਾ ਫੈਸਲਾ ਕਰਾ ਕੇ ਦੂ। ਇਹਦੇ ਲਈ ਅਸੀਂ ਵਚਨਬੱਧ ਹਾਂ, ਮੈਂ ਵਿਸ਼ੇਸ਼ ਤੌਰ 'ਤੇ ਵਚਨਬੱਧ ਹਾਂ ਬਈ ਮੈਂ ਆਪਣੀ ਟੀਮ ਨੂੰ ਨਾਲ ਲੈ ਕੇ ਜੇ ਕਿਤੇ ਤੁਹਾਡੇ ਲੋੜ ਪਈ ਉੱਥੇ ਜਾਣ ਦੀ ਕਿਸੇ ਮਿਨਿਸਟਰ ਕੋਲ, ਕਿਸੇ ਮਿਨਿਸਟਰੀ 'ਚ ਮੈਂ ਹਾਜ਼ਰ ਹਾਂ। ਮੈਂ ਬਿਲਕੁਲ ਕੋਈ ਜਵਾਬ ਨਹੀਂ ਦਿੰਦਾ। ਇੱਕ ਉਦੋਂ ਅੱਗੇ ਗੱਲ ਮੈਂ ਕਹਿਣਾ ਬਈ ਇੱਥੇ ਸਾਡੇ ਨਾਲ ਦੇ ਦੇਸ਼ਾਂ ਦੇ ਭਰਾ ਵੀ ਬੈਠੇ ਨੇ, ਜਿਹਨੂੰ ਪਾਕਿਸਤਾਨ ਕਹਿੰਦੇ ਹਾਂ, ਬੰਗਲਾਦੇਸ਼ ਕਹਿੰਦੇ ਹਾਂ, ਨੇਪਾਲ ਕਹਿੰਦੇ ਹਾਂ। ਬਹੁਤ ਛੋਟੀ ਦੁਨੀਆ ਹੋ ਗਈ, ਬਹੁਤ ਕੁਛ ਬੀਤ ਗਿਆ, ਬੀਤੇ ਨੂੰ ਆਪਾਂ ਇਤਿਹਾਸ ਦਾ ਹਿੱਸਾ ਰੱਖੀਏ, ਉਹਨੂੰ ਕੜੱਤਣ 'ਚ ਨਾ ਲੈ ਕੇ ਆਈਏ, ਉਹਨੂੰ ਬਿਲਕੁਲ ਨਾ ਕੜੱਤਣ 'ਚ ਲੈ ਕੇ ਆਈਏ, ਉਹਨੂੰ ਪਿਆਰ 'ਚ ਬਦਲੀਏ। ਆਪਾਂ ਸੰਸਾਰ ਦੇ ਵਿੱਚ ਸੰਸਾਰ ਦੀ ਸੇਵਾ ਕਰਨ ਲਈ ਆਏ ਹਾਂ, ਆਪਾਂ ਨੂੰ ਸੰਸਾਰ ਦੀ ਸੇਵਾ ਕਰਨੀ ਚਾਹੀਦੀ ਹੈ। ਮੈਂ ਉਹਦੇ 'ਚ ਸਮਝਦਾ ਬਈ ਜੋ ਪਾਕਿਸਤਾਨ ਦੀ ਇੱਕ ਨਵੀਂ ਸਰਕਾਰ ਬਣੀ ਹੈ, ਲੋਕਾਂ ਦੀ ਸਰਕਾਰ ਬਣੀ ਹੈ, ਉਹਨਾਂ ਦਾ ਮਨਸ਼ਾ ਵੀ ਹੈ
ਮੈਂ ਸਾਡੀ ਸਰਕਾਰ ਨੂੰ ਵੀ ਅਸੀਂ ਮਜਬੂਰ ਕਰਾਂਗੇ, ਤੁਸੀਂ ਵੀ ਕਿਰਪਾ ਕਰੋ ਜਦ ਕੋਈ ਇੱਥੇ ਲੀਡਰ ਆਉਂਦਾ। ਮੈਂ ਤਾਂ ਲੀਡਰ ਨਹੀਂ ਹਾਂ, ਮੈਨੂੰ ਤਾਂ ਤੁਸੀਂ ਮੈਨੂੰ ਤਾਂ ਹੁਕਮ ਕਰ ਦਿਓ, ਮੈਂ ਤਾਂ ਮੰਨਣ ਤਿਆਰ ਹਾਂ। ਜਦ ਕੋਈ ਲੀਡਰ ਆਉਂਦਾ ਉਹਨੂੰ ਇਹ ਜ਼ਰੂਰ ਕਹੋ ਬਈ ਤੁਸੀਂ ਜਿਹੜੀ ਵਾਹਗਾ ਬਾਰਡਰ ਹੈ ਇਹਦੇ 'ਤੇ ਤੁਸੀਂ ਜਿਹੜੀ ਤਜਾਰਤ ਹੈ ਟ੍ਰੇਡ ਹੈ ਇਹਨੂੰ ਖੋਲ੍ਹੋ, ਵੱਧ ਤੋਂ ਵੱਧ ਮੌਕਾ ਦਿਓ, ਜਿਹਦੇ ਨਾਲ ਪੰਜਾਬ ਦਾ ਬਹੁਤ ਫਾਇਦਾ ਹੋ ਸਕਦਾ, ਉਹਦੇ ਨਾਲ ਸਾਰੇ ਹਿੰਦੁਸਤਾਨ ਦਾ ਫਾਇਦਾ ਹੋ ਸਕਦਾ। ਜਿਵੇਂ ਹੁਣ ਬੱਸਾਂ ਚੱਲਦੀਆਂ ਨੇ, ਬੱਸਾਂ ਸਾਡੇ ਪਿੰਡ ਦੀ ਲਿਬੜਾ ਬੱਸ ਸਰਵਿਸ ਹੈ ਜਿਹੜੀ ਪਾਕਿਸਤਾਨ ਨੂੰ ਜਾਂਦੀ ਹੈ ਦਿੱਲੀ ਤੋਂ, ਉਹ ਦੋ ਇੱਕ ਰੂਟ ਉਹਨਾਂ ਨੂੰ ਕਰਿਆ, ਮੈਂ ਕਹਿੰਦਾ ਉਹ 7-8 ਚੱਲਣੇ ਚਾਹੀਦੇ ਨੇ। ਜਿਵੇਂ ਰੇਲ ਅਟਾਰੀ ਅੰਮ੍ਰਿਤਸਰ ਤੋਂ ਲਾਹੌਰ ਜਾਂਦੀ ਹੈ, ਉਹ ਵੀ ਮੈਂ ਸਮਝਦਾ ਵੀ ਉਹਦੀਆਂ ਵੀ ਵੱਧ ਟ੍ਰਿਪ ਹੋਣੇ ਚਾਹੀਦੇ ਨੇ, ਇਵੇਂ ਜਿਵੇਂ ਜਹਾਜ਼ਾਂ ਦੇ ਵੱਧ ਟ੍ਰਿਪ ਹੋਣੇ ਚਾਹੀਦੇ ਨੇ। ਇਹ 'ਚ ਤੁਸੀਂ ਸਾਡਾ ਯੋਗਦਾਨ ਇਸ ਗੱਲ ਦਾ ਪਾ ਸਕਦੇ ਹੋ ਬਈ ਸਾਡੇ ਜਿਹੜਾ ਲੀਡਰ ਆਉਂਦਾ ਉਹਨੂੰ ਪ੍ਰੈਸ਼ਰਾਈਜ਼ ਕਰੋ, ਉਹਨੂੰ ਇਹ ਕਹੋ ਵੀ ਇਹ ਇਸ ਪਾਸੇ ਤੁਸੀਂ ਵੱਧ ਤੋਂ ਵੱਧ ਧਿਆਨ ਦਿਓ ਤਾਂ ਕਿ ਉਹ ਵੀ ਧਿਆਨ ਦੇਣ, ਮੈਂ ਵੀ ਧਿਆਨ ਦਊਂਗਾ, ਮੈਨੂੰ ਤਾਂ ਮੇਰੀ ਤਾਂ ਡਿਊਟੀ ਹੈ, ਮੈਂ ਧਿਆਨ ਦਊਂਗਾ, ਮੈਂ ਹਾਜ਼ਰ ਹੋਊਂਗਾ। ਉਹਦੇ ਨਾਲ ਸਾਡਾ ਕਿਸਾਨ ਵੀ ਬਚ ਸਕਦਾ, ਸਾਡਾ ਹਿੰਦੁਸਤਾਨ ਵੀ ਬਚ ਸਕਦਾ, ਸਾਡਾ ਪੰਜਾਬ ਵੀ ਬਚ ਸਕਦਾ, ਇਹਦੇ 'ਚ ਬਹੁਤ ਬੜੀ ਆਪਣੀ ਤਰੱਕੀ ਹੋਊਗੀ। ਉਦੋਂ ਅੱਗੇ ਮੈਂ ਕਹਿਣਾ ਚਾਹੁੰਦਾ ਬਈ ਕੁਛ ਮਸਲੇ ਐਸੇ ਨੇ ਜਿਹੜੇ ਜਿੱਕਣ, ਮੈਂ ਕਿਹਾ ਵੀ ਆਪਾਂ ਕੁੜੱਤਣ ਨੂੰ ਹੁਣ ਛੱਡ ਕੇ ਤੁਰੀਏ, ਆਪਾਂ ਪਿਆਰ ਸਤਿਕਾਰ ਨਾਲ ਤੁਰੀਏ। ਜਿਵੇਂ ਸਰਕਾਰ ਪਾਕਿਸਤਾਨ ਵੀ ਚਾਹੁੰਦੀ ਹੈ, ਉਹਦੇ ਨਾਲ ਸਾਨੂੰ ਵੀ ਚਾਹੀਦਾ ਬਈ ਅਸੀਂ ਵੀ ਜੋ ਉਹ ਸਾਡੇ ਨਾਲ ਠੀਕ ਤਰ੍ਹਾਂ ਦਾ ਸਲੂਕ ਕਰਨ, ਸਾਨੂੰ ਵੀ ਠੀਕ ਤਰ੍ਹਾਂ ਸਲੂਕ ਕਰਨਾ ਚਾਹੀਦਾ। ਅਸੀਂ ਕੋਸ਼ਿਸ਼ ਕੀਤੀ ਹੈ ਬਈ ਜਿਹੜਾ ਵੀਜ਼ਾ ਵੀ ਅੰਮ੍ਰਿਤਸਰ ਲੱਗੇ, ਜਿਹੜਾ ਪਾਕਿਸਤਾਨ ਭਾਈਚਾਰਾ ਆਉਣਾ ਚਾਹੁੰਦਾ ਉਹਨਾਂ ਨੂੰ ਵੀ ਆਸਾਨੀ ਹੋਵੇ, ਜਿਹੜਾ ਹਿੰਦੁਸਤਾਨ ਭਾਈਚਾਰਾ ਜਾਣਾ ਚਾਹੁੰਦਾ ਉਹਨਾਂ ਨੂੰ ਵੀ ਆਸਾਨੀ ਹੋਵੇ। ਇਹਦੇ ਵਿੱਚ ਮੈਂ ਥੋੜ੍ਹਾ ਸਹਿਯੋਗ ਇਸ ਗੱਲ ਦਾ ਮੰਗਣਾ ਚਾਹੁੰਦਾ ਵੀ ਇੱਕ ਤਾਂ ਕਿਰਪਾ ਕਰਕੇ ਆਪਣੇ ਆਪਣੇ ਪਿੰਡ ਦੀ, ਆਪਣੇ ਆਪਣੇ ਪਿੰਡ ਦੇ ਸਕੂਲ ਦੀ, ਕਿਉਂਕਿ ਆਪਾਂ ਤਾਂ ਆ ਕੇ ਆਪਾਂ ਬੱਚੇ ਇੱਥੇ ਪੜ੍ਹਾ ਲਾਂਗੇ, ਆਪਣੇ ਹਾਲਾਤ ਵਧੀਆ ਨੇ, ਉੱਥੇ ਦੇ ਹਾਲਾਤ ਬੜੇ ਮਾੜੇ ਨੇ। ਉੱਥੇ ਆਪਣਾ ਮਾਮਾ ਫੁੱਫਾ ਚਾਚਾ ਤਾਇਆ ਮਾਸੀ ਸਭ ਬੈਠੇ ਨੇ, ਉਹ ਵੀ ਉਡੀਕਦੇ ਨੇ, ਉਹਨਾਂ ਦੇ ਮਨ 'ਚ ਇਹ ਹੈ ਬਈ ਸਾਡੀ ਉਹ ਲੋਕ ਮਦਦ ਕਰਨਗੇ, ਸਾਡੇ ਬੱਚੇ ਵੀ ਇੱਕ ਤਰੱਕੀ ਕਰਨਗੇ। ਅੰਤ ਵਿੱਚ ਮੈਂ ਤੁਹਾਡਾ ਧੰਨਵਾਦ ਕਰਦਾ, ਮੈਂ ਟਾਈਮ ਥੋੜ੍ਹਾ ਜਿਹਾ ਵੱਧ ਰਹਿ ਗਿਆ, ਕਹਿ ਮੈਂ ਹੋਰ ਵੀ ਸਕਦਾ ਤਾਂ ਸ਼ਬਦ, ਲੇਕਿਨ ਮੈਂ ਇਹ ਆਪਣੇ ਤੌਰ 'ਤੇ ਨਿੱਜੀ ਤੌਰ 'ਤੇ ਕਹਿਣਾ ਚਾਹੁੰਦਾ ਵੀ ਮੈਂ ਕਿਸੇ ਵੇਲੇ ਕੋਈ ਕੰਮ ਤੁਹਾਡੇ ਆ ਸਕਾਂ, ਮੈਂ ਹਰ ਵਕਤ ਹਾਜ਼ਰ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਲਿਬੜਾ ਸਾਹਿਬ ਜਿਹੜੇ ਪਾਰਲੀਮੈਂਟ ਦੇ ਵਿੱਚ ਆਪਣੀ ਪਾਰਟੀ ਦੇ ਚੀਫ ਵਿਪ ਵੀ ਹੈ, ਇਹ ਜ਼ਿਕਰ ਨਹੀਂ ਕਰਨਾ ਚਾਹੁੰਦੇ ਮੈਂ ਕੀ ਕੁਛ ਹਾਂ। ਚੀਫ ਵਿਪ ਦਾ ਮਤਲਬ ਹੈ ਕਿ ਪਾਰਟੀ ਦੇ ਲੀਡਰ ਹੈ, ਆਪਣੇ ਆਪ ਨੂੰ ਲੀਡਰ ਨਹੀਂ ਕਹਿੰਦੇ। ਇਹਨਾਂ ਨਾਲ ਗੱਲਬਾਤ ਕਰਕੇ ਜਿਵੇਂ ਇਹਨਾਂ ਨੇ ਦੱਸਿਆ ਕਿ ਐਜ਼ ਇੰਡੀਵਿਜੁਅਲ ਵੀ ਤੁਹਾਡੇ ਵੀ ਸ਼ਕਤੀ ਹੈ, ਜਦੋਂ ਵੀ ਤੁਸੀਂ ਕੋਈ ਵੀ ਚੰਗਾ ਨੇਕ ਕੰਮ ਕਰਨਾ ਚਾਹੋ ਰੁਕਾਵਟਾਂ ਆਉਂਦੀਆਂ, ਪਰ ਇਕੱਲਾ ਵੀ ਜੇਕਰ ਕਰਨਾ ਚਾਹੇ ਅਤੇ ਰੁਕਾਵਟ ਨੂੰ ਰੁਕਾਵਟ ਨਾ ਮੰਨੇ, ਡਿਟਰਮਿੰਡ ਹੋਵੇ, ਹੀ ਕੈਨ ਮੇਕ ਅ ਡਿਫਰੈਂਸ। ਦੇਅਰਫੋਰ ਲਿਬੜਾ ਜੀ, ਅਸੀਂ ਤੁਹਾਨੂੰ ਯਕੀਨ ਦਵਾਉਂਦੇ ਹਾਂ ਜੇਕਰ ਤੁਸੀਂ ਸਾਨੂੰ NRIs ਨੂੰ ਸਹਿਯੋਗ ਦੇਣ ਲਈ ਯਕੀਨ ਦਵਾ ਰਹੇ ਹੋ। ਅਸੀਂ ਵੀ ਤੁਹਾਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਮੇਰੇ 'ਤੇ ਕਈ ਮਿੱਤਰ ਹੈ, ਮੇਰੀ ਹਮ ਉਮਰ ਹੈ, ਉਹਨਾਂ ਦੇ 'ਚ ਇਹ ਫੀਲਿੰਗਸ ਪੈਦਾ ਹੋਈ ਹੈ ਕਿ ਕਿਉਂ ਨਾ ਅਸੀਂ ਆਪਣੇ ਇਸ ਉਮਰ ਦੇ ਵਿੱਚ ਸਾਡੀਆਂ ਫੈਮਲੀਆਂ ਸੈੱਟ ਹੈ ਜਾਂ ਚੱਲ ਰਹੀਆਂ, ਠੀਕ ਚੱਲ ਰਹੀਆਂ ਹੈਗੀਆਂ, ਵਾਈ ਨਾਟ ਟੂ ਡੂ ਸਮਥਿੰਗ ਫਾਰ ਅਵਰ ਨੀਡੀ ਬ੍ਰਦਰ ਐਂਡ ਸਿਸਟਰ ਬੈਕ ਹੋਮ।